ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਔਰ ਅੱਜ ਦੀ ਵੀਡੀਓ ਹੈਗੀ ਆ ਇੱਕ ਐਨਦਰ ਸਕਸੈਸ ਸਟੋਰੀ ਦੇ ਉੱਤੇ, ਜਿਹੜੀ ਕੀ ਆ ਕੈਨੇਡਾ ਦਾ ਸਟੱਡੀ ਵੀਜ਼ਾ। ਕੈਨੇਡਾ ਦੀਆਂ ਸਕਸੈਸ ਸਟੋਰੀਆਂ ਅਸੀਂ ਬੈਕ ਟੂ ਬੈਕ ਪਾ ਰਹੇ ਹਾਂ। ਕੈਨੇਡਾ ਦਾ ਬਹੁਤ ਵਧੀਆ ਰਿਸਪੋਂਸ ਆ ਅਤੇ ਜਿੰਨੇ ਵੀ ਵੀਜ਼ੇ ਅਸੀਂ ਅਪਲਾਈ ਕੀਤੇ ਆ ਸਾਰੇ ਆਲਮੋਸਟ ਨਿਕਲ ਚੁੱਕੇ ਆ ਅਤੇ ਕੁਛ ਫਾਈਲਾਂ ਪੈਂਡਿੰਗ 'ਚ ਪਈਆਂ ਹੋਈਆਂ ਆ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਕਾਫੀ ਟਾਈਮਿੰਗ ਲੈ ਰਿਹਾ ਆ ਫਾਈਲਸ ਨੂੰ ਪ੍ਰੋਸੈਸ ਕਰਨ ਦੇ ਵਿੱਚ। ਅਤੇ ਆਹ ਇੱਕ ਜਿਹੜੀ ਸਕਸੈਸ ਸਟੋਰੀ ਆ, ਇਹ ਰਿਕੁਐਸਟ ਆ ਗਈ ਆ, ਇਹ ਕੱਲ੍ਹ ਹੀ ਆਈ ਆ ਰਿਕੁਐਸਟ, ਕੈਨੇਡਾ ਦਾ ਸਟੱਡੀ ਵੀਜ਼ੇ ਦੀ, ਕੈਨੇਡਾ ਦੇ ਸਟੱਡੀ ਵੀਜ਼ੇ ਦੀ। ਇਹਦੇ ਪਿੱਛੇ ਇੱਕ ਬਹੁਤ ਵੱਡੀ ਸਟੋਰੀ ਆ। ਜੇਕਰ ਕੈਨੇਡਾ ਦਾ ਸਟੱਡੀ ਵੀਜ਼ਾ, ਜਿਹੜਾ ਇਹ ਕੇਸ ਆ, ਇਹ ਇੱਕ ਕੁੜੀ ਦਾ ਕੇਸ ਆ ਅਤੇ ਜਿਹਨੇ ਕੀ ਕੀਤਾ ਹੋਇਆ ਸੀਗਾ, ਪਹਿਲਾਂ ਬੈਚਲਰ ਕਰੀ ਅਤੇ 2008 ਤੋਂ ਪਹਿਲਾਂ ਦੀ ਸਟੱਡੀ ਸੀਗੀ ਇਹਨਾਂ ਦੀ, ਫਿਰ ਇਹਨਾਂ ਨੇ ਬੀ ਐੱਡ ਕਰੀ, ਉਸ ਤੋਂ ਬਾਅਦ ਇਹਨਾਂ ਨੇ ਮਾਸਟਰ ਕਰੀ ਉਹਦੇ ਵਿੱਚ ਲਾਇਬ੍ਰੇਰੀ ਦੇ ਵਿੱਚ, ਅਤੇ ਇਹਨਾਂ ਨੇ ਇੱਕ ਮਾਸਟਰ ਕਰੀ ਹਿੰਦੀ ਦੀ, ਠੀਕ ਹੈ। ਇੰਨੀ ਇਹਨਾਂ ਦੀ ਸਟੱਡੀ ਸੀਗੀ ਅਤੇ ਉਸ ਤੋਂ ਬਾਅਦ ਇਹਨਾਂ ਦਾ 6 to 7 ਈਅਰ ਦਾ ਗੈਪ ਸੀਗਾ ਕਿ ਆਫਟਰ ਸਟੱਡੀ ਦੇ ਵਿੱਚ। ਅਤੇ ਇਹ ਸਾਰਾ ਕੁਛ ਦੇਖਦੇ ਹੋਏ ਜਿਹੜਾ ਇਹਨਾਂ ਦਾ ਕੇਸ ਕੀਤਾ, ਉਹ ਕੇਸ ਇਹਨਾਂ ਦਾ ਸਾਰਾ ਇਹਨਾਂ ਦੀ ਪ੍ਰੀਵੀਅਸ ਜਿਹੜੀ ਸਟੱਡੀ ਸੀਗੀ, ਐਕਸਪੀਰੀਅੰਸ ਸੀਗਾ ਅਤੇ ਇਹਨਾਂ ਦੇ ਜਿਹੜੇ ਬੈਂਡ ਸਕੋਰ ਆਏ ਸੀਗੇ ਉਸਦੇ ਅਕੋਰਡਿੰਗ ਸੀਗਾ। ਕੁਛ ਵੀਕ ਪੁਆਇੰਟ ਸੀਗੇ ਜਿਹੜੇ ਬਹੁਤ ਮੇਜਰ ਸੀਗੇ ਅਤੇ ਜਿਹਨਾਂ ਦੇ ਉੱਤੇ ਬਹੁਤ ਬਰੀਕਲੀ ਕੰਮ ਕੀਤਾ ਅਤੇ ਤਾਂ ਜੋ ਉਹ ਵੀਕ ਪੁਆਇੰਟਸ ਕਵਰ ਹੋਏ। ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਸੀਗਾ, ਕੈਨੇਡਾ ਦੀ ਅਸੀਂ ਫਾਈਲ ਕਰਦੇ ਹਾਂ, ਅਸੀਂ ਇੱਕ ਜਾਂ ਦੋ ਸਟਾਫ ਨਹੀਂ ਹੈਗਾ ਜਿਹੜਾ ਚੈੱਕ ਕਰਦਾ ਆ, ਮਲਟੀਪਲ ਸਟਾਫ ਹੈਗੇ ਆ ਜਿਹਨਾਂ ਦੇ ਕੋਲੋਂ ਫਾਈਲ ਸਟੈਪ ਬਾਏ ਸਟੈਪ ਹੋ ਕੇ ਨਿਕਲਦੀ ਆ ਅਤੇ ਹਰੇਕ ਆਪਣੇ ਆਪਣੇ ਨਜ਼ਰੀਏ ਦੇ ਨਾਲ ਦੇਖਦਾ ਆ ਜਿੰਨੇ ਵੀ ਵੀਕ ਪੁਆਇੰਟਸ ਆ ਅਤੇ ਉਹ ਦੇਖਣ ਤੋਂ ਬਾਅਦ ਹੀ ਫਾਈਲ ਕਵਰ ਕਰਦੇ ਹਾਂ ਅਤੇ ਕੈਨੇਡਾ ਦਾ ਵੀਜ਼ਾ ਅਸੀਂ ਈਜ਼ੀ ਲੈ ਲੈਂਦੇ ਹਾਂ। ਇਹੀ ਚੀਜ਼ਾਂ ਆ, ਅਸੀਂ ਹਰੇਕ ਤਰੀਕੇ ਨਾਲ ਸੋਚ ਲੈਂਦੇ ਹਾਂ ਕਿ ਆਫਿਸਰ ਕਿੱਦਾਂ ਸੋਚੂਗਾ ਉਹਨੂੰ ਕਿਹੜੇ ਕਿਹੜੇ ਵੀਕ ਪੁਆਇੰਟਸ ਲੱਗਣਗੇ, ਉਹ ਆਪਾਂ ਸਾਰੇ ਹੀ ਕਵਰ ਕਰਕੇ ਚੱਲਦੇ ਹਾਂ, ਕੋਈ ਇਸ਼ੂ ਨਹੀਂ ਆਉਂਦਾ ਕੈਨੇਡਾ ਦਾ ਵੀਜ਼ਾ ਲੈਣ ਦੇ ਵਿੱਚ। ਅਤੇ ਆਹ ਇੱਕ ਐਨਦਰ ਸਕਸੈਸ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ। ਹੋਪਫੁਲੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ, ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਤੇ ਜੇਕਰ ਤੁਸੀਂ ਵੀ ਆਪਣਾ ਕੈਨੇਡਾ ਦਾ ਸਟੱਡੀ ਵੀਜ਼ਾ, ਵਿਜ਼ਿਟਰ ਵੀਜ਼ਾ ਜਾਂ USA ਦਾ, UK ਹੋਰ ਕਿਸੇ ਵੀ ਕੰਟਰੀ, ਯੂਰਪ ਦਾ ਸਟੱਡੀ ਵਿਜ਼ਿਟਰ ਕਰਨਾ ਚਾਹੁੰਦੇ ਹਾਂ, ਦਿੱਤੇ ਹੋਏ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਡਿਸਕ੍ਰਿਪਸ਼ਨ 'ਚ ਗਰੁੱਪ ਮਿਲ ਜਾਣਗੇ, ਜੁਆਇਨ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ ਅਤੇ ਆਪਣੀ ਫਾਈਲਿੰਗ ਕਰਵਾ ਸਕਦੇ ਹੋ ਅਤੇ ਵੀਜ਼ਾ ਲੈ ਸਕਦੇ ਹੋ। ਥੈਂਕ ਯੂ ਸੋ ਮਚ।